ਨਵੇਂ ਸਾਲ ਦੀਆਂ ਮੁਬਾਰਕਾਂ ਦੇ ਨਾਲ ਇਤਿਹਾਸ ਵਿੱਚ ਅੱਜ ਦਾ ਦਿਨ ਤਹਿਤ ਅਸੀਂ ਹਾਜ਼ਰ ਹਾਂ 1 ਜਨਵਰੀ ਦੀ ਤਰੀਕ ਨਾਲ ਜੁੜੀਆਂ ਕੁਝ ਅਹਿਮ ਘਟਨਾਵਾਂ ਦੀ ਜਾਣਕਾਰੀ ਦੇ ਨਾਲ। 1 ਜਨਵਰੀ ਦੀ ਤਰੀਕ ਦੇ ਨਾਲ ਪੰਜਾਬ ਅਤੇ ਸਿੱਖ ਇਤਿਹਾਸ ਦੀਆਂ ਘਟਨਾਵਾਂ ਦੇ ਨਾਲ ਨਾਲ ਅੰਤਰਰਾਸ਼ਟਰੀ ਜਗਤ ਦੀਆਂ ਵੀ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਜੁੜੀ ਹੈ। 1 ਜਨਵਰੀ 45 ਪੁਰਾਣਾ ਕਾਲ, ਜੂਲੀਅਨ ਕੈਲੰਡਰ ਸ਼ੁਰੂ ਹੋਇਆ। ਤੁਹਾਨੂੰ ਦੱਸ ਦਈਏ ਕਿ ਈਸਾਈ ਪੁਰਾਣ ਕਾਲ ਨੂੰ BC ਲਿਖਦੇ ਹਨ। 1 ਜਨਵਰੀ 630, ਹਜ਼ਰਤ ਮੁਹੰਮਦ ਫੌਜ ਲੈ ਕੇ ਮੱਕੇ 'ਤੇ ਕਬਜ਼ਾ ਕਰਨ ਵਾਸਤੇ ਚੱਲੇ। 1 ਜਨਵਰੀ 1622, ਈਸਾਈ ਚਰਚ ਵਿੱਚ ਵੀ 1 ਜਨਵਰੀ ਤੋਂ ਨਵੇਂ ਸਾਲ ਦਾ ਮੁੱਢ ਗਿਣਿਆ ਜਾਣਾ ਸ਼ੁਰੂ ਹੋਇਆ। ਇਹ ਪਹਿਲਾਂ 25 ਮਾਰਚ ਨੂੰ ਸ਼ੁਰੂ ਹੋਇਆ ਕਰਦਾ ਸੀ। 1 ਜਨਵਰੀ 1700, ਰੂਸ ਨੇ ਜੂਲੀਅਨ ਕੈਲੰਡਰ ਅਪਣਾਇਆ। 1 ਜਨਵਰੀ 1801, ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਨੂੰ ਇਕੱਠਿਆਂ ਕਰਕੇ ਯੂਨਾਈਟਿਡ ਕਿੰਗਡਮ ਬਣਾ ਦਿੱਤਾ ਗਿਆ। 1 ਜਨਵਰੀ 1806, ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿੱਚ ਅਹਿਦਨਾਮਾ ਹੋਇਆ। 1 ਜਨਵਰੀ 1863, ਅਮਰੀਕਾ ਦੇ ਪ੍ਰੈਜ਼ੀਡੈਂਟ ਲਿੰਕਨ ਨੇ ਅਮਰੀਕਾ ਵਿੱਚ ਗੁਲਾਮੀ ਖਤਮ ਕਰਨ ਦੇ ਐਲਾਨਨਾਮੇ 'ਤੇ ਦਸਤਖਤ ਕੀਤੇ। 1 ਜਨਵਰੀ 1877, ਇੰਗਲੈਂਡ ਦੀ ਰਾਣੀ ਵਿਕਟੋਰੀਆ ਭਾਰਤ ਦੀ ਮਹਾਰਾਣੀ ਵੀ ਐਲਾਨੀ ਗਈ। 1 ਜਨਵਰੀ 1925, ਨਾਰਵੇ ਦੀ ਰਾਜਧਾਨੀ ਕ੍ਰਿਸਟੀਆਨਾ ਦਾ ਨਾਂ ਓਸਲੋ ਰੱਖ ਦਿੱਤਾ ਗਿਆ। 1 ਜਨਵਰੀ 1836, ਕਿਰਪਾਨ ਪਹਿਨਣ ਦੀ ਆਜ਼ਾਦੀ ਵਾਸਤੇ ਮੋਰਚਾ ਸ਼ੁਰੂ ਹੋਇਆ। 1 ਜਨਵਰੀ 1973, ਇੰਗਲੈਂਡ ਯੂਰੋਪੀਅਨ ਯੂਨੀਅਨ ਵਿੱਚ ਸ਼ਾਮਿਲ ਹੋਇਆ। ਪਹਿਲਾਂ ਫਰਾਂਸ ਨੇ ਇਸ ਨੂੰ ਮੈਂਬਰ ਨਹੀਂ ਸੀ ਬਣਨ ਦਿੱਤਾ। 2015 ਵਿੱਚ ਇੱਕ ਰਾਇਸ਼ਮਾਈ ਰਾਹੀਂ ਇੰਗਲੈਂਡ ਨੇ ਇਸ ਯੂਨੀਅਨ ਵਿੱਚੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ। 1 ਜਨਵਰੀ 1978, ਏਅਰ ਇੰਡੀਆ ਦੇ ਜਹਾਜ਼ ਦਾ ਬੰਬਈ ਕੋਲ ਹਾਦਸਾ ਹੋਇਆ, ਜਿਸ ਵਿੱਚ 213 ਲੋਕ ਮਾਰੇ ਗਏ। 1 ਜਨਵਰੀ 1985, ਇੰਗਲੈਂਡ ਵਿੱਚ ਪਹਿਲੀ ਮੋਬਾਈਲ ਫੋਨ ਕਾਲ ਕੀਤੀ ਗਈ। 1 ਜਨਵਰੀ 1986, ਮਸ਼ਹੂਰ ਕੀਰਤਨੀਏ ਦਰਸ਼ਨ ਸਿੰਘ ਨੂੰ ਹਰਿਆਣਾ ਪੁਲਿਸ ਨੇ ਅਗਵਾ ਕੀਤਾ। 1 ਜਨਵਰੀ 1987, ਨਾਮੀ ਖਾੜਕੂ ਜਰਨੈਲ ਰੋਸ਼ਨ ਸਿੰਘ ਬੈਰਾਗੀ ਨੂੰ ਪੁਲਿਸ ਨੇ ਕਤਲ ਕੀਤਾ। 1 ਜਨਵਰੀ 1993, ਇੱਕ ਨਕਲੀ ਮੁਕਾਬਲੇ 'ਚ ਮਨਜੀਤ ਸਿੰਘ ਵਾਸੀ ਅਲੀਪੁਰ ਨੂੰ ਸ਼ਹੀਦ ਕੀਤਾ ਗਿਆ। 1 ਜਨਵਰੀ 1999, ਯੂਰਪ ਦੇ 11 ਮੁਲਕਾਂ ਨੇ ਸਾਂਝੀ ਕਰੰਸੀ ਯੂਰੋ ਸ਼ੁਰੂ ਕੀਤੀ। 1 ਜਨਵਰੀ 2000, ਦੁਨੀਆ ਭਰ ਵਿੱਚ ਦੂਜੇ ਮਿਲੇਨੀਅਮ ਦੀ ਸ਼ੁਰੂਆਤ ਮਨਾਉਣ ਵਾਸਤੇ ਜਸ਼ਨ ਕੀਤੇ ਗਏ। ਇਹ ਵੀ ਚਰਚਾ ਚੱਲਿਆ ਕਿ ਨਵੀਂ ਮਿਲੇਨੀਅਮ ਦੀ ਸ਼ੁਰੂਆਤ ਤਾਂ 1 ਜਨਵਰੀ 2001 ਨੂੰ ਬਣਦੀ ਹੈ। ਇੰਨੀ ਦਿਨੀ YK2 ਦੀ ਵਾਇਰਸ ਸ਼ੁਰੂ ਹੋਣ ਦਾ ਰੌਲਾ ਵੀ ਪਾਇਆ ਗਿਆ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। 1 ਜਨਵਰੀ 2010, ਪਾਕਿਸਤਾਨ ਵਿੱਚ ਸੂਬਾ ਸਰਹੱਦ ਦੇ ਨਗਰ ਲੱਕੀ ਮਰਵਾਤ ਵਿੱਚ ਆਤਮਘਾਤੀ ਬੰਬਾਰ ਨੇ ਬੰਬ ਚਲਾ ਕੇ 88 ਲੋਕ ਮਾਰ ਦਿੱਤੇ। ਇਤਿਹਾਸ ਵਿੱਚ ਅੱਜ ਦਾ ਦਿਨ ਤਹਿਤ ਤੁਹਾਡੇ ਤੱਕ ਪੰਜਾਬ ਅਤੇ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਕੱਲ੍ਹ ਮੁੜ ਹਾਜ਼ਰ ਹੋਵਾਂਗੇ। ਜਾਣਕਾਰੀ ਲਈ ਵਿਸ਼ੇਸ਼ ਧੰਨਵਾਦ ਸਿੱਖ ਇਤਿਹਾਸਕਾਰ ਸਰਦਾਰ ਹਰਜਿੰਦਰ ਸਿੰਘ ਦਲਗੀਰ।